ਸਭ ਤੋਂ ਪਹਿਲਾਂ ਵੀਰ ਮਨਜੀਤ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਵੀਰ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਸਤਿ ਸ਼੍ਰੀ ਅਕਾਲ ਜੀ ਇਸ ਚੈਨਲ 'ਤੇ ਜਿੰਨੇ ਵੀ ਵੀਰ ਭਰਾ ਜੁੜੇ ਨੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਠੀਕ ਠਾਕ ਵੀਰ ਜੀ? ਵਧੀਆ ਜੀ, ਵਧੀਆ ਕਿਰਪਾ ਗੁਰੂ ਮਹਾਰਾਜ ਦੀ ਕਿਰਪਾ, ਸਭ ਵਧੀਆ ਜੀ, ਠੀਕ ਠਾਕ। ਅੱਛਾ ਮਲਕੀਤ ਭਾਈ, ਪਿਛਲੀ ਵੀਡੀਓ ਦੇ ਵਿੱਚ ਆਪਾਂ ਤਿੰਨ ਪਸ਼ੂ ਦਿਖਾਏ ਸੀਗੇ। ਹਾਂਜੀ ਵੀਰ, ਤਿੰਨੇ ਵੇਖ ਗਏ ਸੀਗੇ ਜਾਂ ਕੋਈ ਉਦੋਂ ਰਹਿ ਗਿਆ? ਨਹੀਂ ਵੀਰ ਜੀ, ਵੇਖ ਗਏ ਜੀ, ਤਿੰਨੇ ਹੀ ਵੇਖ ਗਏ। ਉਹ ਮਈਆਂ ਜੀ ਉੱਦਣ ਹੀ ਵੇਖੀਆਂ ਜੀ, ਇੱਕੇ ਦਿਨ ਜੀ, ਉਹ ਦੋ ਤਿੰਨ ਘੰਟੇ ਦੇ ਵਿੱਚ ਵੀ ਜੀ, ਮਤਲਬ ਕਿ ਆਪਣੀਆਂ ਸੇਲ ਹੋ ਗਈਆਂ। ਹਾਂਜੀ, ਪਸ਼ੂ ਚੰਗੇ ਸੀ ਜੀ, ਵਧੀਆ ਸੀ, ਭਾਅ ਵੀ ਜਾਇਆ ਜੀ, ਤਿੰਨੇ ਹੀ ਵੇਖ ਗਏ। ਠੀਕ ਹੈ ਜੀ, ਹਾਂਜੀ। ਚਲੋ ਅੱਜ ਵੀਰ ਮਲਕੀਤ, ਪਸ਼ੂ ਦੋ ਆਪਣੇ ਕੋਲ, ਦੋ ਝੋਟੀਆਂ, ਦੋਵੇਂ ਸੂਈਆਂ ਨੇ। ਹਾਂਜੀ ਹਾਂਜੀ ਵੀਰ ਜੀ, ਦੋਵੇਂ ਸੂਈਆਂ ਨੇ, ਤਾਜ਼ੀਆਂ ਸੂਈਆਂ ਨੇ। ਅੱਛਾ ਜੀ, ਮਤਲਬ ਕਿ ਅੱਠਾਂ ਅੱਠਾਂ ਨੌਵਾਂ ਨੌਵਾਂ ਦਿਨਾਂ ਦੀਆਂ ਨੇ ਸੂਈਆਂ। ਠੀਕ ਹੈ ਜੀ, ਇਹਨੂੰ 9 ਦਿਨ ਹੋ ਗਏ ਤੇ ਉਹਨੂੰ 10 ਦਿਨ ਲਾ ਲਓ ਪਰਲੀ ਨੂੰ 10। ਪਹਿਲੇ ਨੰਬਰ ਤੇ ਦੋਸਤੋ ਜਿਹਦੀ ਗੱਲਬਾਤ ਕਰਾਂਗੇ, ਇੱਕ ਤਾਂ ਤੁਹਾਨੂੰ ਨੀਲੀ ਦੀ ਦਿਖਾ ਦਾਂਗੇ ਬਿਲਕੁਲ, ਇੱਕ ਮੋਰਾ ਦੀ ਹੋਵੇਗੀ। ਹਾਂਜੀ, ਇਹ ਨੀਲੀ ਬਿਲਕੁਲ ਜੈੱਡ ਬਲੈਕ ਝੋਟੀ ਆ, ਦੂਜੇ ਨੰਬਰ ਤੇ ਉਹਦੀ ਡਿਟੇਲ ਦੂਜੇ ਨੰਬਰ ਤੇ ਲੈ ਲਾਂਗੇ। ਪਹਿਲੇ ਨੰਬਰ ਤੋਂ ਆਪਾਂ ਸਟਾਰਟ ਇਸ ਝੋਟੀ ਨੀਲੀ ਤੋਂ ਕਰ ਲੈਂਦੇ ਹਾਂ। ਠੀਕ ਹੈ ਜੀ, ਤੇ ਸਟੇਟ ਪਟਾ ਥੋੜਾ ਜਿਹਾ ਟੁੱਟਦਾ, ਬਾਕੀ ਬਿੱਲੀ ਮਣ ਕੀ ਆਖਾਂ, ਚਾਰੇ ਪੈਰ ਧੋਤੇ ਤੇ ਤੋਰ ਕੇ ਇੱਕ ਵਾਰੀ ਦਿਖਾ ਦਿੰਦੇ ਹਾਂ, ਬਾਡੀ ਬਣਤਰ ਦਿਖਾ ਦਿੰਦੇ ਹਾਂ, ਉਸ ਤੋਂ ਬਾਅਦ ਦੋਸਤੋ ਆਪਾਂ ਤੁਹਾਨੂੰ ਬਿਲਕੁਲ ਡਿਟੇਲ ਅਸੀਂ ਦੇ ਦਾਂਗੇ। ਆਹ ਦੇਖੋ ਜੀ, ਵਜਨ ਲੋਡ ਪੂਰਾ, ਹਾਈਟ ਕੱਦ ਸੋਹਣਾ ਝੋਟੀ ਦਾ। ਠੀਕ ਹੈ ਜੀ, ਕੱਟੀ ਵੀ ਪੂਰੀ ਵਧੀਆ ਜੀ, ਕੱਟੀ ਵੀ ਪਿੱਛੇ ਜਿਹੜੀ ਉਹ ਨੀਲੀ ਦੀ ਕੱਟੀ ਆ। ਠੀਕ ਹੈ ਜੀ, ਤੇ ਆਪ ਜਿਹੜੀ ਦੋਸਤੋ ਝੋਟੀ ਆ ਤੁਸੀਂ ਦੇਖ ਸਕਦੇ ਜੀ, ਵਜਨ ਵਜੂਦ ਵਾਲੀ ਆ ਪੂਰੀ। ਸੋ ਫੇਸ ਕੁਆਲਿਟੀ ਚੰਗੀ ਆ, ਸਿੰਘਾ ਸੁੰਘਾ ਦੇ ਬਣਤਰ ਵੇਖੋਗੇ ਤੇ ਆਹ ਵੇਖੋ ਲਓ ਜੀ, ਇਹਨੂੰ 9 ਦਿਨ ਹੋ ਗਏ ਸੂਈ ਨੂੰ। ਹਾਂਜੀ ਵੀਰ ਜੀ, ਇਹਨੂੰ 9 ਦਿਨ ਅੱਜ ਹੋ ਗਏ ਆ ਜੀ ਸੂਈ। ਠੀਕ ਹੈ, 9 ਦਿਨ ਦੀ ਪਿੱਛੇ ਦੇ ਕੱਟੀ ਹੈ। ਠੀਕ ਹੈ ਜੀ, 9 ਦਿਨ ਹੋ ਗਏ ਆ ਸੂਈ ਨੂੰ। ਤੇ ਅੱਛਾ ਵੀਰ ਮਲਕੀਤ, ਦੁੱਧ ਕਿੰਨਾ ਹੈ ਜੀ ਹੁਣ? ਜਿਹੜਾ ਮੌਕੇ ਤੇ ਚਵਾ ਦੇਣਾ 10 ਤੋਂ ਬਾਹਰ ਆ ਜੀ, 11 ਲੀਟਰ ਦੁੱਧ ਤੇ ਆਪਾਂ ਕਹਿ ਸਕਦੇ ਆ। ਠੀਕ ਹੈ ਜੀ, ਹਾਂਜੀ 10 ਤੋਂ ਬਾਹਰ ਹੀ ਹੁਣ? ਹਾਂਜੀ 10 ਤੋਂ ਬਾਹਰ ਆ ਜੀ ਹੁਣ। ਲਓ ਜੀ, ਇੱਕ ਵਾਰੀ ਮਲਕੀਤ ਭਾਈ ਲੰਮਾ ਤੋਰ ਕੇ ਲੈ ਲਓ ਜੀ, 10 ਤੋਂ ਬਾਅਦ ਜਿਹੜਾ ਦੋਸਤੋ ਅੱਜ ਦੁੱਧ ਦਾ। ਠੀਕ ਹੈ, 9ਵੇਂ ਦਿਨ ਦੀ ਸੂਈ ਆ, ਬਾਕੀ ਨੋਰਮਲੀ ਜਿੱਦਾਂ ਕਿ ਸਾਰੇ ਵੀਰ ਜਾਣਦੇ ਆ, ਹਜੇ ਮੈਲਿਓ ਚੱਲਣਾ। ਠੀਕ ਹੈ, ਗੜ ਚੱਲਣਾ, ਉਸ ਤੋਂ ਬਾਅਦ ਪਸ਼ੂ ਜਿਹੜਾ ਪੂਰਾ ਰਿਕਾਰਡ ਬਣਾ ਲੂਗਾ ਆਪਦਾ, ਪੂਰਾ ਪੀਕ ਲੈਵਲ ਦੁੱਧ ਜਿੰਨਾ ਹੈਗਾ ਦੋਸਤੋ ਮੈਂ ਕਰੂੰਗਾ ਜ਼ਰੂਰ। ਠੀਕ ਹੈ, ਸੈਕਿੰਡ ਸੂਆ ਹੈਗਾ। ਠੀਕ ਹੈ ਜੀ, ਸੂਆ ਦੂਜੇ ਦੱਸਦਾ ਨਾ ਜੀ, ਦੂਜੇ ਸੂਏ ਆ ਝੋਟੀ। ਬਾਕੀ ਥਣ ਭਾਂਡਾ ਦੋਸਤੋ ਵੇਖੋ ਬੈਕ ਸਾਈਡ ਤੋਂ। ਠੀਕ ਹੈ ਜੀ, ਸੋ ਇੱਕ ਵਾਰੀ ਟਾਈਮ ਜ਼ਰੂਰ ਇੱਕ ਵਾਰੀ ਕਨਫਰਮ ਫੇਰ ਕਰ ਲਓ, ਕੋਈ 1:30 ਤੋਂ 2 ਵਜੇ ਦਾ ਸਮਾਂ ਹੈ। ਠੀਕ ਹੈ, ਦੁਪਹਿਰ ਦਾ ਤੇ ਸ਼ਾਮ ਨੂੰ ਚਵਾਈ ਵੀਰ ਜੀ ਕਿੰਨੇ ਤੋਂ ਕਿੰਨੇ? 6 ਵਜੇ ਚਵਾਈ ਕਰਦੇ ਹਾਂ ਆਪਾਂ ਸ਼ਾਮਾਂ ਨੂੰ। ਅੱਛਾ, ਰੋਜ਼ ਹੀ 6:30 ਵਜੇ ਦੇ ਲਾਗੇ ਬੰਨੇ ਰੋਜ਼ ਚਵਾਈ ਜਾਂਦੀ, ਸਵੇਰੇ ਵੀ ਇਹੋ ਟਾਈਮ ਆ ਤੇ ਸ਼ਾਮਾਂ ਦਾ ਵੀ ਇਹੋ ਟਾਈਮ, ਸ਼ਾਮਾਂ ਨੂੰ ਵੀ ਇਹੋ ਟਾਈਮ। ਹਾਂਜੀ, ਬਾਕੀ ਬਹੁਤ ਵਧੀਆ ਖਾਣਾ ਬਣਾ ਸੀ ਜੀ। ਬਿਲਕੁਲ ਜੀ, ਵਧੀਆ ਥਣ ਵੀ ਪੂਰੇ ਬਰਾਬਰ ਚ ਆਉਂਦੇ ਆ, ਕੋਈ ਭੂਰ ਨਹੀਂ, ਕੋਈ ਛੱਟਾ ਨਹੀਂ ਕਿਸੇ ਥਣ ਦਾ ਵੀ। ਉਹ ਆਪਣੀ ਥਣਾਂ ਦੀ ਆਪਣੀ ਗਰੰਟੀ ਹੋਊਗੀ ਜੀ, ਆਪਣੇ ਘਰ ਦੀ ਫੁੱਲ ਗਰੰਟੀ ਆ ਜੀ ਇਹ ਮੈਂ ਦੀ। ਭਾਵੇਂ ਆਪਣੇ ਕੋਈ ਆਨਲਾਈਨ ਹੀ ਮੰਗਾ ਲਏ ਨਾ, ਆਪਾਂ ਆਨਲਾਈਨ 'ਤੇ ਵੀ ਗਰੰਟੀ ਦਿੰਦੇ ਹਾਂ ਮੈਂ ਦੀ, ਇੰਨੀ ਸਾਫ਼ ਮੈਂ ਆ ਜੀ ਇਹ। ਠੀਕ ਹੈ ਜੀ, ਬਾਕੀ ਬੀਬੀਆਂ ਵੀ ਚੋ ਸਕਦੀਆਂ ਜਨਾਨੀਆਂ, ਕੋਈ ਚੱਕਰ ਨਹੀਂ ਆ, ਇੰਨੀ ਬੋਲੀ ਹੈ ਚਵਾਈ। ਠੀਕ ਹੈ ਜੀ, ਲਓ ਵੀ ਦੋਸਤੋ ਚਵਾਈ ਵੀਰਾਂ ਦਾ ਵੀ ਬਿਲਕੁਲ ਇੱਕ ਨੰਬਰ ਚਵਾਈ ਆ, ਪੋਲੀ ਆ ਚਵਾਈ, ਕੋਈ ਭੈਣ ਚਵਾਈ ਕਰ ਲਏ, ਕੋਈ ਵੀਰ ਚਵਾਈ ਕਰ ਲਏ, ਬੱਚੇ ਵੀ ਥੱਲੇ ਬਹਿ ਕੇ ਚਵਾਈ ਕਰ ਸਕਦੇ, ਪੋਲੀ ਆ। ਠੀਕ ਹੈ ਜੀ, ਸਭ ਤੋਂ ਮੇਨ ਜਿਹੜਾ ਮਕਸਦ ਹੈ ਵੀ ਪੋਲੀ ਚਵਾਈ ਆ, ਤੇ ਚਾਰੇ ਥਣ ਜਿਹੜੇ ਦੋਸਤੋ ਇੱਕ ਸਾਰ ਵਰਦੇ ਆ, ਇੱਕ ਸਾਰ ਚ ਵਾਪਸ ਮਾਂ, ਕਿਸੇ 'ਚ ਕੋਈ ਭੂਰ ਨਹੀਂ, ਫੁਹਾਰਾ ਨਹੀਂ ਗਾ। ਠੀਕ ਆ, ਇਹ ਜ਼ਰੂਰ ਤੁਸੀਂ ਗੱਲਾਂ ਨੋਟ ਕਰ ਲਿਓ। ਆਹ ਜਿਹੜੀ ਇੱਕ ਵਾਰੀ ਫੇਸ ਕੁਆਲਿਟੀ ਫੇਰ ਵੇਖ ਲਓ, ਬੱਚਾ ਵੀ ਤੁਹਾਨੂੰ ਆਪਾਂ ਦਿਖਾ ਦਿੰਦੇ ਹਾਂ, ਆਹ ਲਓ। ਠੀਕ ਹੈ ਜੀ, ਅਤੇ ਬੱਚਾ ਜਿਹੜਾ ਮਗਰ ਇਹਦੇ, ਇਹ ਫੀਮੇਲ ਕਾਫ ਆ, ਮਗਰ ਕੱਟੀ ਆ 9ਵਾਂ ਦਿਨਾਂ ਦੀ ਆ ਵਿੱਚ। ਠੀਕ ਹੈ ਜੀ, ਚਾਰੇ ਪੈਰ ਧੋਤੇ ਆ, ਜਿਵੇਂ ਆਪਾਂ ਕਹਿ ਲਈਏ ਚਾਰੇ ਖੁਰ ਧੋਤੇ, ਅੱਖਾਂ ਦੇ ਵਿੱਚ ਜਵਾਬ ਆ, ਅਤੇ ਨਾਸ 'ਤੇ ਵੀ ਜਿਹੜਾ ਬਿਲਕੁਲ ਨਿਸ਼ਾਨ ਹੈਗਾ, ਬੜੀ ਫਲੀ ਆ ਜੀ, ਕੱਟੀ ਵੀ ਬਹੁਤ ਸੋਹਣੀ ਹੈ। ਆਹ ਦੇਖੋ ਜੀ, ਠੀਕ ਆ। ਅੱਛਾ, ਉੱਤੇ ਮਲਕੀਤ ਭਾਈ ਕੀ ਮੰਗ ਕਰਦੇ ਆ ਇਸ ਝੋਟੀ ਦੀ? ਵੀਰ ਜੀ, ਇਹਦਾ ਦੇਣ ਲੈਣ ਦੀ ਗੱਲ ਆਪਾਂ 86,000 ਦੀ ਮੱਝ ਦੇ ਦਾਂਗੇ ਜੀ। ਹਾਂ ਨਾ ਜੀ, ਹਾਂਜੀ ਹਾਂ ਨਾ ਜੀ, ਕੋਈ ਹੋਰ ਜੇ 'ਚ ਝਾਰਖੰਡ ਹੋ ਜੂਗਾ ਛੋਟ ਛਾਪਾ, ਬਾਕੀ ਬਹੁਤਾ ਮੁੱਲ ਵੱਡਾ ਨਹੀਂ ਹੈ ਜੀ। ਠੀਕ ਹੈ ਜੀ,
86,200 ਜਿਹੜੀ ਹੈ ਸੁਣਨ ਵਾਲੀ ਗੱਲਬਾਤ ਹੈ, 86,000 ਦੇ ਵਿੱਚੋਂ ਕੋਈ ਛੋਟ ਛਾਪਾ ਮਾਣ ਤਾਂ ਉਹ ਮੌਕੇ ਦਾ, ਠੀਕ ਹੈ ਜੀ, ਅਤੇ ਇੱਕ ਵਾਰੀ ਥਾਂ ਤੁਹਾਨੂੰ ਜ਼ਰੂਰ ਦਿਖਾ ਦਿੰਦੀ ਹਾਂ ਆਪਣੇ। ਠੀਕ ਆ, ਅਤੇ ਬਾਕੀ ਹੈ ਸੀਲ ਸਾਊ ਆ, ਠੀਕ ਆ, ਸੀਲ ਸਾਊ ਆ, ਜਿਹੜੇ ਕਿਸੇ ਵੀਰ ਨੇ ਘਰੇਲੂ ਘਰੇ ਰੱਖਣੀ ਆ ਚੀਜ਼, ਤੁਸੀਂ ਜ਼ਰੂਰ ਬਿਲਕੁਲ ਵਿਚਾਰ ਕਰ ਸਕਦੇ ਜੀ, ਠੀਕ ਆ। ਝੋਟੀ ਚੰਗੀ ਆ, ਸਟੇਟ ਪਟਾ ਅਤੇ ਪਤਲੇ ਪਿੰਡੇ ਦੀ। ਇਸ ਤੋਂ ਬਾਅਦ ਇੱਕ ਹੋਰ ਦੂਜੇ ਨੰਬਰ 'ਤੇ ਜਿਹੜੀ ਤੁਹਾਨੂੰ ਦੋਸਤੋ ਇਹ ਦਿਖਾਉਣੀ ਆ, ਮੋਹਰਾ ਦੀ ਅਗਲੀ ਝੋਟੀ, ਠੀਕ ਹੈ ਜੀ, ਮੋਹਰਾ ਬਰੀਡ ਦੇ ਵਿੱਚ ਆ, ਠੀਕ ਹੈ ਜੀ। ਸੋ ਫੇਸ ਕੁਆਲਿਟੀ ਦੇਖ ਸਕਦੇ ਹੋ ਤੁਸੀਂ, ਦੂਜੇ ਸੂਹੇ ਸੂਈ ਜੋ, ਠੀਕ ਆ, ਦੂਜਾ ਸੂਹਾ ਸੂਈ ਹੈ ਜੀ, ਇਹ ਵੀ ਦੂਜੇ ਸੂਈ ਹੈ। ਇਹਨੂੰ ਦੇਣ ਕਿੰਨੇ ਹੋ ਗਏ ਆ? ਇਹਨੂੰ ਵੀ 11 ਤੋਂ 12 ਦਿਨ ਹੋ ਗਏ ਆ। 11 ਤੋਂ 12 ਦਿਨ ਇਸ ਝੋਟੀ ਨੂੰ ਵੀ ਜਿਹੜਾ ਦੋਸਤੋ ਸਮਾਂ ਹੋ ਗਿਆ ਸੂਈ ਨੂੰ। ਲਓ ਜੀ, ਪਿੱਠ ਪੁੱਠੇ ਦੀ ਇਹ ਵੀ ਪੂਰੀ ਨਿੱਗਰ, ਥਣ ਦੇਵੇ ਦੀ ਨਿੱਗਰ, ਬਿਲਕੁਲ ਹਵਾਨਾ ਦੋਸਤੋ, ਬਿਲਕੁਲ ਟਾਈਮਿੰਗ ਦੇ ਹਿਸਾਬ ਨਾਲ ਵੇਖੀਏ ਤੇ ਹਵਾਨਾ ਜਿਹੜਾ ਬਨਾਸਾ ਤੁਸੀਂ ਵੇਖ ਸਕਦੇ ਜਿਵੇਂ ਬਣਦੀ ਆ ਜੀ। ਇਹ ਆਪਣੇ ਘਰ 13 ਲੀਟਰ ਦੁੱਧ ਚਵਾਵਾਂਗੇ ਜੀ ਹੁਣ ਆਪਾਂ, ਠੀਕ ਹੈ, ਠੀਕ ਹੈ ਜੀ, ਹਾਂਜੀ ਠੀਕ ਹੈ, 13 ਲੀਟਰ ਦੀ ਆਪਣੀ ਗਰੰਟੀ ਹੋਊਗੀ ਇਸ ਟਾਈਮ ਆਪਣੇ ਜਿਹੜਾ ਮੌਜੂਦ ਹੁਣ। ਹਾਂ ਅੱਜ ਦਾ ਹਾਂਜੀ, ਅੱਜ ਵੀਰਾਂ ਦਾ ਵੀ 13 ਕਿਲੋ ਦੁੱਧ ਚਵਾ ਦਾਂਗੇ, ਦੋ ਡੰਗ ਦੋਸਤੋ, ਤਿੰਨ ਇੱਕ ਟਾਈਮ ਖਾਲੀ ਕਰਕੇ ਦੋ ਡੰਗ ਚੋਲਿਓ, ਚਾਹੇ ਚਾਹੇ ਦੋ ਟਾਈਮ ਚੋਲਿਓ, ਚਾਹੇ ਤਿੰਨ ਟਾਈਮ ਚੋਲਿਓ, ਠੀਕ ਹੈ। ਅਤੇ 13 ਕਿਲੋ ਦੁੱਧ ਦੀ ਜਿਹੜੀ ਦੋਸਤੋ ਤਸੱਲੀ ਆ ਇਸ ਝੋਟੀ ਦੀ, ਆ ਦੇਖੋ, ਠੀਕ ਆ, ਲਓ ਜੀ, ਬਿਲਕੁਲ ਠੰਡੀ ਹੈ ਜੀ, ਬਿਲਕੁਲ, ਆਹ ਦੇਖੋ। ਅਤੇ ਬੱਚਾ ਇਹਦੇ ਥੱਲੇ ਵੀਰ ਜੀ ਕੀ ਆ ਗਿਆ? ਇਹ ਤਾਂ ਥੱਲੇ ਮੇਲ ਕਾਫ ਆ, ਕੱਟਾ ਜੀ, ਠੀਕ ਹੈ। ਬਾਕੀ ਥਣ ਭਾਂਡੇ ਦੀ ਇਹ ਵੀ ਸਾਫ਼ ਆ ਪੂਰੀ, ਕਿਉਂਕਿ 13 ਕਿਲੋ ਦੁੱਧ ਆ ਦੋਸਤੋ, ਠੀਕ ਹੈ, 13 ਕਿਲੋ ਦੁੱਧ, ਕਈ ਵਾਰ ਵੱਡੀਆਂ ਵੱਡੀਆਂ ਮੱਝਾਂ ਝੋਟੀਆਂ ਵੀ ਬ੍ਰੇਕਾਂ ਲਾ ਜਾਂਦੀਆਂ ਨੇ, ਪਰ ਇਸ ਝੋਟੀ ਦੇ ਥੱਲੇ ਤੁਸੀਂ 13 ਕਿਲੋ ਦੁੱਧ ਮਿਣ ਕੇ ਤਸੱਲੀ ਕਰਕੇ ਫਿਰ ਲੈ ਕੇ ਜਾਓਗੇ। ਅਤੇ ਬੱਚਾ ਜਿਹੜਾ ਸਾਹਮਣੇ ਹੈ ਨਾ ਜੀ, ਉਹ ਲਓ ਜੀ, ਆਹ ਮੇਲ ਕਾਫ ਆ, ਠੀਕ ਹੈ ਜੀ, ਮੋਹਰਾ ਦੀ ਝੋਟੀ ਜਿਹੜੀ ਆਪਾਂ ਤੁਹਾਨੂੰ ਦਿਖਾ ਰਹੇ ਹਾਂ, ਠੀਕ ਹੈ, ਕੋਈ 10-11 ਕੁ ਦਿਨਾਂ ਦਾ ਜਿਹੜਾ ਹੁਣ ਸੂਬਾ ਹੈਗਾ। ਤੇ ਮਨਜੀਤ, ਇਹ ਕਿੰਨਾ ਕੁ ਮੁੱਲ ਫਿਰ ਲੈਣ ਦੇਣ ਇਸ ਝੋਟੀ ਵੀ ਦੀ? ਇਹਦਾ ਆਪਾਂ 90,000 ਮੁੱਲ ਕਰਦੇ, 90, ਹਾਂਜੀ ਠੀਕ ਆ। ਤੇ ਜੇ ਕੋਈ ਵੀਰ ਤਸੱਲੀ ਕਰਨਾ ਚਾਹੁੰਦਾ, 2-3 ਤੱਕ ਤਸੱਲੀ ਕਰੋ, ਬਿਲਕੁਲ ਜੀ, ਜਦੋਂ ਮਰਜ਼ੀ ਆਪਣਾ ਆਵੇ, ਚੋਵੇ, 2 ਟਾਈਮ ਚੋਵੇ, 3 ਟਾਈਮ ਚੋਵੇ, ਆਪਣੇ ਘਰ ਦੀ ਆਪਾਂ ਦੁੱਧ ਦੀ ਗਰੰਟੀ ਦੇਵਾਂਗੇ, ਬਿਲਕੁਲ, ਹਾਂਜੀ। ਬਾਕੀ ਥਾਣਾ ਦੀ ਵੀ ਸਾਫ਼ ਆ, ਕੋਈ ਗੱਲ ਨਹੀਂ, ਬਾਤ ਨਹੀਂ ਜੀ, ਇੱਕੋ ਜਿਹੇ ਥਾਣੇ ਸਾਰੇ, ਠੀਕ ਆ ਜੀ, ਹਾਂਜੀ ਠੀਕ ਆ। ਸੋ ਦੋਸਤੋ, ਅੱਜ ਵੀਰ ਮਲਕੀਤ ਦੇ ਕੋਲ 2 ਪਸ਼ੂ ਸੀਗੇ, ਦੋਵੇਂ ਝੋਟੀਆਂ, ਇੱਕ ਨੀਲੀ ਦੀ ਆ ਜਿਹੜੇ ਵੀਰ ਨੇ ਸ਼ੌਂਕ ਪੂਰਾ ਕਰਨਾ, ਇੱਕ ਮੋਹਰਾ ਦੀ ਆ, ਠੀਕ ਹੈ। ਚੁਆਇਸ ਤੁਹਾਡੀ ਹੈ ਵੀ ਕਿਹੋ ਜਿਹਾ ਪਸ਼ੂ ਤੁਸੀਂ ਚੁਣਨਾ ਚਾਹੁੰਦੇ ਜੇ, ਸਿਲੈਕਟ ਕਰ ਸਕਦੇ ਜੇ। 2 ਪਸ਼ੂ ਆ, ਬਿਲਕੁਲ ਤਾਜ਼ੇ ਸਵੇਸ ਹੋਏ, ਇੱਕੋ ਜਿਹੀ ਚੁਵਾਈਆਂ 'ਤੇ ਚੱਲਦੀਆਂ ਪਈਆਂ ਨੇ, ਇੱਕ ਤਾਂ 10 ਕਿਲੋ ਅਤੇ 9-10 ਕਿਲੋ ਦੇ ਦਰਮਿਆਨ ਚੱਲਣ ਲਈ 10 ਤੋਂ ਪਲੱਸ ਵੀ ਹੈਗੀ ਆ, ਇੱਕ 2-12 ਤੋਂ 13 ਲੀਟਰ ਜਿਹੜੀ ਆ ਮੋਹਰਾ ਦੀ ਝੋਟੀ, ਠੀਕ ਆ। ਅਤੇ ਪਸ਼ੂ ਦੋਵੇਂ ਚੰਗੇ ਸੀ, ਅੱਜ ਵੀ ਚੰਗੇ ਦੋਸਤੋ, ਅਤੇ ਪਸ਼ੂ ਅੱਗੇ ਤੋਂ ਵੀ ਇਸੇ ਤਰ੍ਹਾਂ ਕਿੱਲੇ ਦੇ ਉੱਪਰ ਚੰਗੇ ਆਉਂਦੇ ਰਹਿਣਗੇ। ਅਤੇ ਸੈਕਿੰਡ ਵੀਡੀਓ ਸੀਗੀ ਬਾਈ ਮਲਕੀਤ ਦੀ ਆਪਣੀ ਅੱਜ ਪਿੰਡ ਲਾਲੋ ਘੁੰਮਣ ਤੋਂ, ਅਤੇ ਅੱਗੇ ਵੀ ਦੋਸਤੋ ਬਿਲਕੁਲ ਪਸ਼ੂ ਇਸੇ ਤਰ੍ਹਾਂ ਹੀ ਆਉਂਦੇ ਰਹਿਣਗੇ, ਠੀਕ ਆ ਜੀ। ਆਪਣਾ ਸਮੇਂ ਦੇ ਨਾਲ ਤੁਸੀਂ ਸੰਪਰਕ ਬਣਾ ਕੇ ਰੱਖ ਲਿਓ, ਪਸ਼ੂ ਚੰਗੇ ਲਿਆਉਂਦਾ ਵੀਰ, ਰੇਟ ਬੇਸ਼ੱਕ ਤੁਹਾਨੂੰ ਥੋੜ੍ਹਾ ਜਿਹਾ ਕਿਤੇ ਨਾ ਕਿਤੇ ਆਮ ਬਾਜ਼ਾਰ ਨਾਲੋਂ ਵੱਧ ਭਰਨਾ ਪਵੇ, ਕਿਉਂਕਿ ਪਸ਼ੂ ਦੀ ਕੁਆਲਿਟੀ ਚੰਗੀ ਹੁੰਦੀ ਆ ਅਤੇ ਚਵਾ ਤੁਹਾਨੂੰ ਜਿੰਨਾ ਦੱਸਿਆ ਜਾਊਗਾ। ਅਤੇ ਬਾਈ ਮਲਕੀਤ, ਜੇਕਰ ਕੋਈ ਔਨਲਾਈਨ ਸੌਦਾ ਕਰਦਾ ਤੁਹਾਡੇ ਕੋਲ, ਹਾਂਜੀ, ਉਹਨੂੰ ਜਿੰਨਾ ਦੱਸਿਆ ਜਾਂਦਾ ਉਨਾ, ਕੋਈ 1/2 ਕਿਲੋ ਖੰਡ ਕੋਈ ਥੱਲੇ ਉੱਤੇ ਹੋ ਸਕਦਾ, ਜੀ ਵੱਧ ਹੀ ਚਵਾਵਾਂਗੇ, ਘੱਟ ਨਹੀਂ ਚਾਹੂਗਾ ਜੀ, ਠੀਕ ਹੈ ਜੀ, ਹਾਂਜੀ, ਵੀ ਜੋ ਐਵੇਂ ਆਖੀ ਜਾਣੇ ਝੂਠ ਵਾਲੀ ਗੱਲ ਨਹੀਂ ਕੋਈ, ਜਿੰਨਾ ਹੈਗਾ ਜੀ ਆਪਾਂ ਉਨਾ ਹੀ ਦੱਸਾਂਗੇ, ਬਿਲਕੁਲ ਜੀ। ਬਾਕੀ ਇਹ ਆ ਵੀ ਦੂਜੇ ਥਾਂ 'ਤੇ ਡੰਗਰ ਜਾ ਕੇ ਕਿਸੇ ਵੇਲੇ ਕਿਲੋ ਖੰਡ ਘਟਾ ਜਾਂਦਾ, ਪਰ ਆਪਣੇ ਘਰ ਜਿਹੜਾ ਕੋਈ ਆਊਗਾ ਆਪਾਂ ਉਨਾ ਹੀ ਚਵਾਵਾਂਗੇ ਜਿੰਨਾ ਆਪਾਂ ਕਹਿ ਰਹੇ ਹਾਂ ਜੀ, ਹਾਂਜੀ।
ਬਾਕੀ ਜੋ ਵਧੀਆ ਜੀ ਅੱਗੇ ਵੀ ਚਲੋ ਵੀਡੀਓ ਨਾਲ ਸੁਣਦੇ ਹੋਏ ਆ, ਮਹਾਰਾਜ ਦੀ ਕਿਰਪਾ ਨਾਲ ਸਾਰਿਆਂ ਨੇ ਬੜਾ ਸਹਿਯੋਗ ਦਿੱਤਾ, ਬਹੁਤ ਵੀਰਾਂ ਦਾ ਸਾਰਿਆਂ ਦਾ ਧੰਨਵਾਦ ਆ। ਬਾਕੀ ਵੀਰ ਕੁਛ ਕਮੈਂਟ ਕਰਦੇ ਨੇ ਵੀਰ ਅਜੀਬ ਗਰੀਬ, ਚਲੋ ਉਹਨਾਂ ਦਾ ਵੀ ਬੜਾ ਧੰਨਵਾਦ ਵੀ ਚਲੋ ਉਹਨਾਂ ਨਾਲੋਂ ਵੀ ਸਾਨੂੰ ਕੁਛ ਸਿੱਖਣ ਨੂੰ ਹੀ ਮਿਲਦਾ ਵੀਰ ਜੀ, ਤੁਸੀਂ ਕਮੈਂਟ ਕੀਤੇ ਆ, ਚਲੋ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜਿਨ੍ਹਾਂ ਨੇ ਵੀ ਵੀਰਾਂ ਨੇ ਮਾੜੇ ਚੰਗੇ ਜਿੱਦਾਂ ਦੇ ਵੀ ਕਮੈਂਟ ਕੀਤੇ ਆ। ਹਾਂਜੀ ਐਪਰੀਸ਼ੀਏਟ ਦੋਸਤੋ ਕਰਿਆ ਕਰੋ, ਠੀਕ ਆ ਜੀ, ਐਪਰੀਸ਼ੀਏਟ ਕਰੀਦਾ ਹੁੰਦਾ ਕਿਸੇ ਨੂੰ ਵੀ ਕੰਮ ਜਦੋਂ ਕੋਈ ਵੀਰ ਕਰਦਾ, ਚਾਹੇ ਵਪਾਰ ਦਾ ਕੰਮ, ਚਾਹੇ ਕਿਸੇ ਤਰ੍ਹਾਂ ਦਾ ਵੀ ਕੋਈ ਜਿਹੜਾ ਦੋਸਤੋ ਕਿਸੇ ਦਾ ਖੇਤੀਬਾੜੀ ਕੀਤਾ, ਕਿਸੇ ਦਾ ਕੁਛ ਵੀ ਧੰਦਾ, ਉਹ ਜਦੋਂ ਕੋਈ ਕਿਤੇ ਕਿਤੇ ਦੇ ਵਿੱਚ ਕੰਮ ਦੇ ਵਿੱਚ ਵੜਦਾ ਤਾਂ ਐਪਰੀਸ਼ੀਏਟ ਕਰਿਆ ਕਰੋ, ਸਹਿਯੋਗ ਦਿਆ ਕਰੋ ਦੋਸਤੋ, ਸਹਿਯੋਗ ਦੀ ਬਹੁਤ ਲੋੜ ਹੁੰਦੀ ਆ। ਅਤੇ ਪਸ਼ੂ ਵਪਾਰ ਦਾ ਕੰਮ ਵੀ ਇੱਕ ਬਹੁਤ ਵੱਡੇ ਸਹਿਯੋਗ ਨਾਲ ਹੀ ਚੱਲਦਾ, ਠੀਕ ਹੈ ਜੀ, ਭੈਣ ਭਰਾਵਾਂ ਦਾ ਸਹਿਯੋਗ, ਆਪਸੀ ਸਹਿਯੋਗ ਹੋਵੇ ਫਿਰ ਕਾਰੋਬਾਰ ਚੱਲਦੇ ਆ, ਇਕੱਲੇ ਬੰਦੇ ਕੋਈ ਵੀ ਅੱਗੇ ਵੱਧ ਨਹੀਂ ਸਕਦਾ ਗਾ, ਇਹ ਵੀ ਗੱਲ ਆ ਜਾਂਦੀ ਆ। ਅਤੇ ਮਲਕੀਤ ਵੀਰੇ ਨੰਬਰ ਆਪਣੇ ਜ਼ਰੂਰ ਦੇ ਦੇਈਏ, 8275 ਵੀਰ ਜੀ, 79203, ਠੀਕ ਹੈ ਜੀ। ਸੋ ਦੋਸਤੋ ਇਹ ਸਾਨੂੰ ਮੇਰੇ ਨਾਲ ਵੀਰ ਮਲਕੀਤ ਪਿੰਡ ਲਾਲੂ ਘੁੰਮਣ ਤੋਂ, ਤਹਿਸੀਲ ਜ਼ਿਲ੍ਹਾ ਇਸ ਪਿੰਡ ਨੂੰ ਸ਼੍ਰੀ ਤਰਨ ਤਾਰਨ ਸਾਹਿਬ ਲੱਗਦਾ, ਅਤੇ ਝਬਾਲ ਤੋਂ ਸਿਰਫ 5-6 ਕਿਲੋਮੀਟਰ ਦੀ ਦੂਰੀ ਆ ਇਸ ਪਿੰਡ ਦੀ। ਮਿਲਦੇ ਹਾਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ, ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ।